15 ਤਰੀਕ ਦੀ ਰਾਤ ਨੂੰ ਜਿਹੜਾ ਬਠਿੰਡਾ ਦੇ ਵਿੱਚ ਬਰਸਾਤ ਹੋਈ, ਫਿਰ 16 ਦੀ ਰਾਤ ਨੂੰ ਹੋਈ, ਜਿਸ ਤੋਂ ਬਾਅਦ ਬਠਿੰਡਾ ਪੂਰਾ ਜਲਮਗਨ ਹੋ ਗਿਆ। ਇਸ ਵੇਲੇ ਸਾਡੇ ਨਾਲ ਨਗਰ ਨਿਗਮ ਬਠਿੰਡਾ ਦੇ ਮੇਅਰ ਬਲਵੰਤ ਰਾਏ ਨਾਥ ਮੌਜੂਦ ਨੇ। ਗੱਲ ਕਰਦੇ ਹਾਂ ਕਿਸ ਤਰ੍ਹਾਂ ਦੀ ਕਾਰਵਾਈ ਨਗਰ ਨਿਗਮ ਵੱਲੋਂ ਕੀਤੀ ਜਾ ਰਹੀ ਹੈ। ਮੇਅਰ ਸਾਹਿਬ, ਇੰਨਾ ਜਲਮਗਨ ਹੋਇਆ ਪਿਆ ਹੈ ਸ਼ਹਿਰ ਪਾਣੀ ਦੇ ਨਾਲ, ਕੀ ਕਾਰਵਾਈ ਹੋ ਰਹੀ ਹੈ ਤੁਹਾਡੇ ਵੱਲੋਂ? ਦੇਖੋ, ਸਾਡੇ ਜਿੰਨੇ ਕੁ ਸਾਡੇ ਮਤਲਬ ਸੋਰਸ ਨੇ ਕੰਮ ਕਰਨ ਦੇ ਨਗਰ ਨਿਗਮ ਦੇ, ਅਸੀਂ ਹਰ ਪੱਖੋਂ ਆਪਣੇ ਵੱਲੋਂ ਤਿਆਰ ਰਹਿੰਦੇ ਹਾਂ। ਪਰ ਲੇਕਿਨ ਮੈਂ ਫਿਰ ਉਹੀ ਗੱਲ ਕਰਾਂਗਾ ਕਿ ਕੰਟੀਨਿਊਜ਼ 8-10 ਮਹੀਨੇ ਸਾਲ ਸਾਡੇ ਕੋਲ ਐਕਸ਼ਨ ਨਹੀਂ ਸੀਗਾ, ਔਰ ਜਿਹਦੇ ਕਰਕੇ ਜਿਹੜਾ ਇੱਕ ਲਾਭਾਰਸ ਜਿਹਾ ਬਠਿੰਡਾ ਹੋ ਗਿਆ, ਐਕਸ਼ਨ ਜਿਹੜਾ ਸੀਵਰੇਜ ਬੋਰਡ ਦਾ, ਕਿਉਂਕਿ ਬਠਿੰਡਾ ਇੱਕ VIP ਏਰੀਆ, ਬਹੁਤ ਵੱਡਾ ਇਲਾਕਾ ਹੈ, ਔਰ ਇਹਦੇ ਸੀਵਰ ਦੀ ਬਹੁਤ ਜੋੜੀ ਬੜੀ ਗੰਭੀਰ ਸਮੱਸਿਆ ਹੈ। ਇਸ ਕਰਕੇ ਇਹਦੇ ਵਾਸਤੇ ਅਸੀਂ ਅਤੀ ਜ਼ਰੂਰੀ ਹੈ ਇਹਦੇ, ਬਲਕਿ ਐਕਸ਼ਨ ਦੋ ਹੋਣੇ ਚਾਹੀਦੇ ਜਿੱਥੇ ਕੰਮ ਜ਼ਿਆਦਾ ਹੋਵੇ। ਔਰ ਕਈ ਵਾਰੀ ਮੈਂ ਆਪਣੇ ਵੱਲੋਂ ਇਹ ਲੈਟਰ ਵੀ ਲਿਖਿਆ, ਅਸੀਂ ਮਤੇ ਵੀ ਪਾਏ ਆ, ਸਾਰਾ ਕੁਛ ਕਰਿਆ ਵੀ ਜਿਹੜਾ ਸੀਵਰੇਜ ਜਿਹੜਾ ਹੈਗਾ, ਸੀਵਰੇਜ ਬੋਰਡ ਦਾ ਸਾਨੂੰ ਇੱਕ ਸਾਡਾ ਵਿੰਗ ਜਿਹੜਾ ਮੈਂਟੀਨੈਂਸ ਦਾ, ਸਾਡਾ ਇੱਕ ਓਐਂਡਮ ਜਿਹੜਾ ਸੈੱਲ ਜਿਹੜਾ ਬਣਾਇਆ ਜਾਵੇ, ਜਿਹੜਾ ਕਿ ਕਾਰਪੋਰੇਸ਼ਨ ਦੇ ਕੋਲ ਰਹੇ, ਜਿਹਦੇ ਨਾਲ ਕੋਈ ਸੀਵਰ ਬਲੋਕ ਹੁੰਦਾ, ਜੇ ਕੋਈ ਸਾਨੂੰ ਦਿੱਕਤ ਆਉਂਦੀ ਹੈ ਤਾਂ ਅਸੀਂ ਕਾਰਪੋਰੇਸ਼ਨ ਆਪਣੇ ਅੰਡਰ 'ਚ ਕਰ ਸਕੀਏ। ਪਰ ਲੇਕਿਨ ਜਿਹੜੇ ਪੁਰਾਣੇ ਰੈਗੂਲੇਸ਼ਨ ਹੈ, ਪਤਾ ਨਹੀਂ ਕੀ ਗੱਲ ਹੈ, 2.5 ਸਾਲ ਹੋ ਗਏ ਸਰਕਾਰ ਦੀ ਕੰਨ ਦੇ ਉੱਤੇ ਜੂ ਨਹੀਂ ਸਰਕਦੀ ਪਈ, ਵੀ ਜੇ ਕਿਤੇ ਓਐਂਡਮ ਕਿਤੇ ਕਾਰਪੋਰੇਸ਼ਨ ਦੇ ਕੋਲ ਆਇਆ ਹੁੰਦਾ ਤਾਂ ਅੱਜ ਇਹ ਪਜੀਸ਼ਨ ਨਹੀਂ ਆਉਣੀ ਸੀ। ਹਜੇ ਤਾਂ ਸੌਣ ਦਾ ਦੂਸਰਾ ਤੀਸਰਾ ਦਿਨ ਹੀ ਹੈ ਸ਼ਾਇਦ, ਹੈ ਨਾ, ਅਤੇ ਅੱਗੇ ਹੋਰ ਵੀ ਪਿਆ, ਫਿਰ ਕੀ ਹੋਏਗਾ ਬਠਿੰਡਾ ਸ਼ਹਿਰ ਦਾ? ਦੇਖੋ, ਅਸੀਂ ਸਥਿਤੀ ਨੂੰ ਜਿਹੜਾ ਕੰਟਰੋਲ ਕਰ ਲਿਆ, ਔਰ ਜੇ ਕੋਈ ਬਾਰਿਸ਼ ਪਵੇਗੀ ਜਾਂ ਜਿੰਨਾ ਜਿਸ ਤਰ੍ਹਾਂ ਹੋਵੇਗਾ, ਅਸੀਂ ਹਰ ਤਰੀਕੇ ਦੇ ਨਾਲ ਜੋ ਅਸੀਂ ਆਪਣੇ ਵੱਲੋਂ ਕਾਰਪੋਰੇਸ਼ਨ ਵੱਲੋਂ 3-4 ਦਿਨ ਹੋ ਗਏ ਮੇਅਰ ਸਾਹਿਬ, ਹਜੇ ਤੱਕ ਪਾਣੀ ਨਹੀਂ ਨਿਕਲਿਆ। ਪਾਵਰ ਹਾਊਸ ਰੋਡ ਦੇਖ ਲਈਏ, ਚਾਹੇ ਸਿਰਕੀ ਬਾਜ਼ਾਰ ਦੇਖ ਲਈਏ, ਹੋਰ ਵੀ ਥਾਵਾਂ ਨੇ, ਉਹਨਾਂ 'ਤੇ ਉਵੇਂ ਹੀ ਪਾਣੀ ਪਿਆ ਹੈ। ਨਹੀਂ, ਉਹ ਫਿਰ ਇੱਕ ਦਿਨ ਤਾਂ ਜਿਹੜਾ ਸਾਡਾ, 2 ਦਿਨ ਸਾਡੇ ਨਿਕਲ ਗਏ, ਸਾਡੇ ਜਿਹੜੇ ਸਰਜ ਕੈਰੀਅਰ ਟੁੱਟਣ ਕਰਕੇ ਨਿਕਲ ਗਏ, ਉਸ ਕਰਕੇ ਸਾਡਾ ਲੇਟ ਹੋਇਆ, ਔਰ ਕੋਈ ਲੇਟ ਨਹੀਂ ਹੋਇਆ। ਜਦੋਂ ਉਹ ਠੀਕ ਹੋ ਗਏ, ਨਾਲ ਨਾਲ ਪਾਣੀ ਕੱਢ ਦਿੱਤਾ, ਸਾਡੀ ਮਜਬੂਰੀ ਇਹ ਆ ਗਈ ਸੀ, ਸਲੱਜ ਕਿਹੜੇ ਟੁੱਟ ਗਿਆ ਸੀਗਾ, ਉਹ ਟੁੱਟਣ ਦਾ ਕਾਰਨ ਵੀ ਦੱਸ ਦਿੰਦਾ। ਪਰ ਅਸੀਂ ਅੱਜ ਵੀ ਵਿਜ਼ਿਟ ਕੀਤਾ ਸਿਰਕੀ ਬਾਜ਼ਾਰ, ਹੁਣ ਵੀ ਪਾਣੀ ਖੜ੍ਹਾ, 2-2.5 ਫੁੱਟ ਪਾਵਰ ਹਾਊਸ ਰੋਡ 'ਤੇ ਵੀ। ਇਹਨੂੰ ਜਲਦੀ ਅਸੀਂ ਅੱਜ ਸ਼ਾਮ ਤੱਕ ਵਿਹਲਾ ਕਰ ਦਾਂਗੇ, ਉਹ ਸਲੱਜ ਕਿਹੜੇ ਟੁੱਟਣ ਦੇ ਕਾਰਨ ਜਿਹੜਾ ਸਾਰਾ ਕੁਛ ਹੋਇਆ, ਸਲੱਜ ਕਿਹੜੇ ਨਾ ਟੁੱਟਦਾ ਤਾਂ ਇਹ ਸਥਿਤੀ ਨਹੀਂ ਆਉਣੀ ਸੀ। ਸੋ ਅਸੀਂ ਜਿਹੜਾ ਹੈਗਾ ਸਾਰੇ ਪੁਖਤਾ ਇੰਤਜ਼ਾਮ ਜਿਹੜੇ ਆ ਅੱਗੇ ਤੋਂ ਰੱਖਾਂਗੇ, ਰੱਖੀ ਜਾਂਦੇ ਹਾਂ। ਔਰ ਇੱਕ ਬਾਰਿਸ਼ ਵੀ ਜ਼ਿਆਦਾ ਪੈ ਗਈ, ਉੱਧਰੋਂ ਸਲੱਜ ਟੁੱਟ ਗਿਆ, ਕਿਉਂਕਿ ਕਈ ਵਾਰੀ ਜਾਨਵਰ ਖੁੱਡਾਂ ਵਗੈਰਾ ਕਰ ਲੈਂਦੇ, ਕਈ ਦਫ਼ਾ ਜਿਹੜੇ ਨੇ ਸਾਡੇ ਜ਼ਿਮੀਂਦਾਰ ਭਰਾ ਨੇ, ਉਹ ਪਾਣੀ ਲੈਂਦੇ ਸਲੱਜ 'ਚੋਂ, ਜਦੋਂ ਉਹ 'ਚੋਂ ਮੋਰਾ ਕਰਕੇ ਪੈਪ ਲਾ ਕੇ ਪਾਣੀ ਲੈ ਲੈਂਦੇ ਨੇ, ਕਿਉਂਕਿ ਖੇਤਾਂ ਨੂੰ ਲੱਗਦਾ ਪਾਣੀ, ਉਹ ਉੱਥੋਂ ਕਿਤੇ ਨਾ ਕਿਤੇ ਨਰਮ ਹੋ ਜਾਂਦੀ ਹੈ। ਠੀਕ ਹੈ, ਤੁਸੀਂ ਕਾਨਫਰੰਸ ਕੀਤੀ ਹੈ, ਆਰੋਪ ਲਾ ਰਹੇ ਸੀ ਕਾਂਗਰਸ ਪਾਰਟੀ 'ਤੇ ਕਿ ਫੰਡ ਨਹੀਂ ਆ ਰਹੇ, ਉਹ ਕੀ ਮਾਮਲਾ ਥੋੜ੍ਹਾ ਜਿਹਾ ਦੱਸ? ਉਹ ਦਰਅਸਲ 'ਚ ਕੁਛ ਵੀ ਨਹੀਂ ਜੀ, ਬਾਰਿਸ਼ ਹੋ ਗਈ ਜ਼ਿਆਦਾ, ਮੀਂਹ ਜ਼ਿਆਦਾ ਪੈਣ ਨਾਲ ਉਹ ਸਾਰਾ ਕੰਮ ਖਿਲਰ ਗਿਆ, ਜ਼ਿਆਦਾ ਦਿੱਕਤ ਆ ਗਈ ਲੋਕਾਂ ਨੂੰ, ਮਜ਼ਬੂਰੀ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪਿਆ, ਉਹਨਾਂ ਨੂੰ ਕੁਛ ਹੋਰ ਤਾਂ ਇੱਥੇ ਆਇਆ ਨਹੀਂ, ਉਹ ਸਾਰੇ ਕਾਂਗਰਸ ਵਾਲੇ ਮਗਰ ਲੱਗ ਗਏ, ਕਹਿੰਦੇ ਇਹਨੇ ਕੰਮ ਨਹੀਂ ਕਰਿਆ, ਇਹ ਨਲਾਇਕ ਹੈ, ਇਹ ਫਲਾਣਾ ਟਿਕੜਾ ਹੈਗਾ, ਔਰ ਆਪਣੀ ਨਾਕਾਮੀ ਨੂੰ ਛੁਪਾਉਂਦੇ ਸੀਗੇ, ਮੈਂ ਤੁਹਾਡੇ ਕੋਲ ਆ ਕੇ। ਉਹ ਇਸ ਤਰ੍ਹਾਂ ਦੇ ਆਰੋਪ ਕਿਉਂ ਲਾ ਰਹੇ ਆ ਤੁਹਾਡੇ 'ਤੇ? ਹੁਣ ਤਾਂ ਸਰਕਾਰ ਵੀ ਉਹਨਾਂ ਦੀ ਹੈ। ਮੈਨੂੰ ਇਹ ਵੀ ਨਹੀਂ ਸਮਝ ਲੱਗ ਰਹੀ ਵੀ ਮੈਨੂੰ, ਮੈਂ ਹੀ ਕਿਵੇਂ ਟੱਕਰ ਗਿਆ ਉਹਨਾਂ ਨੂੰ, ਅਜਾ ਉਹ ਕਦੇ ਕਹਿੰਦੇ ਆਹ ਕਰਤਾ, ਕਦੇ ਆਹ ਕਰਤਾ, ਮੈਂ ਆਖਿਆ ਗੱਲ ਸੁਣੋ, ਆਪਣੀ ਨਾਕਾਮੀ ਨਹੀਂ ਛੁਪਾਈ ਦੀ, ਸਿਰਫ ਆਉਣ ਲਈ ਤੁਸੀਂ ਸਾਨੂੰ ਪੈਸੇ ਨਹੀਂ ਦਿੱਤੇ, ਜੇ ਤੁਸੀਂ ਉਹਨੂੰ ਫੰਡ ਦੇ ਛੱਡਦੇ ਹੋ ਸਕਦਾ ਕਿ ਇਹ ਦਿੱਕਤ ਨਾ ਆਉਂਦੀ। ਕਿੰਨੇ ਫੰਡ ਦੀ ਲੋੜ ਹੈ ਤੁਹਾਨੂੰ? ਸਾਨੂੰ ਦੇਖੋ ਜੀ, ਇਹ ਜਿਹੜਾ ਕੰਮ ਸਿਰੇ ਚੜ੍ਹਾਉਣ ਵਾਸਤੇ ਜਿਹੜਾ ਸੀਗਾ, ਪੱਕੀ ਅਮਾਊਂਟ ਤਾਂ ਮੈਂ ਤੁਹਾਨੂੰ ਫਾਈਲਾਂ ਵੇਖ ਕੇ ਹੀ ਦੱਸ ਸਕਦਾ ਵੀ ਕਿੰਨਾ, ਜਿਸ ਤਰ੍ਹਾਂ ਕਿ ਹੁਣ ਸਾਡੇ ਕੋਲ 48 ਕਰੋੜ ਰੁਪਈਆ ਜਿਹੜਾ ਅਮਰ ਸਕੀਮ 'ਚੋਂ ਆਇਆ, ਔਰ ਇਸ ਤੋਂ ਇਲਾਵਾ ਮੇਰੇ ਹਿਸਾਬ ਨਾਲ ਹਾਲੇ ਸੀਵਰੇਜ ਦਾ ਬਹੁਤ ਵਿਸ਼ਾਲ ਕੰਮ ਹੋਣ ਵਾਲਾ, ਜਿਹਦਾ ਕਿ ਮੈਨੂੰ ਜਿਸ ਤਰ੍ਹਾਂ ਆਪਸੀ ਗੱਲ ਕਰ ਲਈਏ, ਆ ਸਲੱਜ ਕੈਰੀਅਰ ਦੀ ਜਿਹੜਾ ਮੇਨ TV ਟਾਵਰ ਕੋਲ ਹੈ, ਅਸੀਂ ਚਾਹੁੰਦੇ ਹਾਂ ਵੀ ਇਹਦੇ ਨਾਲ ਦਾ ਇੱਕ ਨਵਾਂ ਹੋਰ ਬਣਾ ਲਓ, ਕਿਉਂਕਿ ਬਣੇ ਨੂੰ ਬਹੁਤ ਦੇਰ ਹੋ ਗਈ, ਅੰਮ੍ਰਿਤ ਸਕੀਮ 'ਚ ਅਸੀਂ ਮੰਗਿਆ, ਸਾਨੂੰ ਹੋ ਸਕਦਾ ਦੂਜੀ ਕਿਸ਼ਤ ਮੌਕੇ ਆ ਜਾਵੇ। ਔਰ ਇੱਕ ਹੀ ਚਾਹੁੰਦੇ ਹੈਗੇ, ਜਿਸ ਤਰ੍ਹਾਂ ਕਿ ਮੁਲਤਾਨੀਆ ਰੋਡ ਹੈਗਾ, ਪਰੇ ਨੂੰ ਲਿਜਾ ਕੇ ਜਿਹੜਾ ਪਰਲੇ ਪਾਸੇ ਜਿਹੜਾ ਚਿੜੀਆ ਘਰ ਹੈ, ਉਸ ਸਾਈਡ 'ਤੇ ਜਾ ਕੇ ਇੱਕ ਸਲੱਜ ਕੈਰੀਅਰ ਜਿਹੜਾ ਹੈਗਾ, ਉਹ ਆਪਣਾ ਟ੍ਰੀਟਮੈਂਟ ਪਲਾਂਟ ਦੇ ਉੱਥੇ ਜਿਹੜਾ ਸਾਨੂੰ ਜਿਹੜਾ ਸਾਰਾ ਪਾਣੀ ਲਿਜਾ ਕੇ ਉੱਥੇ ਸਾਨੂੰ ਡਿਸਪੋਜ਼ਲ ਵੱਡਾ ਬਣਾਉਣਾ ਚਾਹੀਦਾ, ਉਹਦੇ ਰਾਹੀਂ ਸਾਨੂੰ ਜਿਹੜਾ ਪਾਣੀ ਜਿਹੜਾ ਹੈਗਾ ਸ਼ਹਿਰ 'ਚੋਂ ਬਾਹਰ ਕੱਢਣਾ ਚਾਹੀਦਾ ਮੇਰੇ ਹਿਸਾਬ। ਮੇਰੇ ਸਾਹਿਬ, ਅਸੀਂ ਕਈ ਵਾਰ ਤੁਹਾਡੇ ਇੰਟਰਵਿਊ ਕੀਤੇ ਹੈ, ਤੁਸੀਂ ਬੜੇ ਹੈ ਨਾ ਹਿੱਕ ਠੋਕ ਕੇ ਕਹਿੰਦੇ ਹੋ ਕਿ ਬਠਿੰਡਾ ਦਾ ਵਿਕਾਸ ਹੋਇਆ, ਕਿਹੜਾ ਵਿਕਾਸ ਹੈ ਉਹ ਦੁਬਾਰੇ ਦੱਸੋ ਮਾੜਾ ਜਿਹਾ, ਕਿਉਂਕਿ 2 ਦਿਨਾਂ ਦੇ ਮੀਂਹ ਨੇ ਤੁਹਾਡੇ ਵਿਕਾਸ ਦੀ ਫੂਕ ਕੱਢ ਦਿੱਤੀ। ਇਸ ਤਰ੍ਹਾਂ ਹੁੰਦਾ ਹੈ
ਵੀ ਜੇਕਰ ਡਿਵੈਲਪਮੈਂਟ ਨਾ ਹੋਈ ਹੁੰਦੀ ਨਾ ਇਹਨੇ ਇੱਕ ਨੰਬਰ 'ਤੇ ਨਹੀਂ ਆਉਣਾ ਸੀ ਇੱਕ ਤਾਂ। ਉਹੀ ਅਸੀਂ ਪੁੱਛ ਰਹੇ ਹਾਂ ਨਾ ਕਿ ਅੱਜ ਇੱਕ ਨੰਬਰ 'ਤੇ ਆਇਆ ਹੈ, ਜ਼ਰੂਰ ਆਇਆ ਹੈ। ਆਈ ਜੀ ਸਾਹਿਬ ਦੀ ਕੋਠੀ ਡੁੱਬ ਗਈ ਹੈ, ਹੈ ਨਾ, ਸੈਸ਼ਨ ਜੱਜ ਸਾਹਿਬ ਦੀ ਕੋਠੀ ਡੁੱਬ ਗਈ ਹੈ, ਹੋਰ ਵੀ ਜਿਹੜੇ ਮੱਧਮ ਵਰਗ ਦੇ ਲੋਕ ਨੇ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ, ਦੁਕਾਨਾਂ ਦਾ ਸਮਾਨ ਡਿੱਗ ਪਿਆ। ਨੰਬਰ 1 ਤਾਂ ਜ਼ਰੂਰ ਆਇਆ, ਪਰ ਆਈ ਜੀ ਸਾਹਿਬ ਦੇ ਜਿਹੜੀ ਕੋਠੀ ਡੁੱਬੀ ਆ ਉਸ ਕਾਰਨ ਵੀ ਨੰਬਰ 1 ਹੈ। ਦੇਖੋ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਵੀ ਲੋਕਾਂ ਦਾ ਜਾਂ ਅਫੀਸਰ ਹੋਣ, ਨੁਕਸਾਨ ਤਾਂ ਹੋਇਆ ਕਿਉਂਕਿ ਪਾਣੀ ਜਦੋਂ ਘਰ 'ਚ ਜਾ ਵੜਦਾ, ਬੈੱਡਾਂ ਨੂੰ ਪਾਣੀ ਲੱਗ ਗਿਆ, ਹੋਰ ਸਾਰਾ ਫਰਨੀਚਰ ਖਰਾਬ ਹੁੰਦਾ, ਬੜਾ ਦੁੱਖ ਹੁੰਦਾ ਹੈਗਾ। ਪਰ ਮੈਂ ਕਹੀ ਜਾਂਦਾ ਵੀ ਬਾਰਿਸ਼ ਜਿਹੜੀ ਹੈਗੀ ਆ 30 ਸਾਲਾਂ ਤੋਂ ਬਾਅਦ ਪਹਿਲੀ ਵਾਰੀ ਪਈ ਹੈ, ਇੰਨੀ ਬਾਰਿਸ਼ ਨਹੀਂ ਆ ਗਈ। ਫਿਰ ਹੁਣ ਤੱਕ ਤਿਆਰੀਆਂ ਕੀ ਸੀ ਜੀ ਆਪਣੀ? ਇਹ ਤਾਂ ਕਦੋਂ ਵੀ ਹੋ ਸਕਦਾ। ਨਹੀਂ ਇਸ ਤਰ੍ਹਾਂ ਨਹੀਂ, ਸਾਡੀ ਤਿਆਰੀ ਇਹ ਹੁੰਦੀ ਸੀ ਆਪਣੇ ਵੱਲੋਂ, ਜਦੋਂ ਅਸੀਂ ਬੰਦੇ ਆਪਣੇ ਜਿਹੜੇ ਆਪਣੇ ਅਫੀਸਰ ਨੇ, ਜੇਈ ਹੈ, SDO ਹੈ, ਜਿੰਨੇ ਵੀ ਹੈ, ਅਸੀਂ ਅਲਰਟ ਕਰ ਦਿੰਦੇ ਹੁੰਦੇ, ਅੱਧੋ ਅੱਡੀ ਡਿਊਟੀਆਂ ਲਾ ਦਿੰਦੇ ਹੁੰਦੇ ਹਾਂ ਵੀ ਇਸ ਅਫੀਸਰ ਦੀ ਡਿਊਟੀ ਜਿਹੜੀ ਫਲਾਣੀ ਮੋਟਰ 'ਤੇ, ਇਹਦੀ ਫਲਾਣੀ ਮੋਟਰ 'ਤੇ, ਇਹਦੀ ਫਲਾਣੀ ਮੋਟਰ 'ਤੇ। ਮੌਕੇ 'ਤੇ ਕਈ ਵਾਰੀ ਕੋਈ ਮਸ਼ੀਨਰੀ ਜਿਹੜੀ ਹੈ ਉਹ ਕੋਈ ਨੁਕਸ ਆ ਜਾਂਦਾ, ਔਰ ਇਹ ਮਸ਼ੀਨਰੀ ਦੇ ਨਾਲ ਨਾਲ ਇੱਕ ਮੈਨੂੰ ਪਤਾ ਲੱਗਿਆ ਸੀ, ਇੱਕ ਉਸੇ ਟੈਲੀਫੋਨ ਆ ਗਿਆ ਸੀ, ਜਿਹੜੀ ਆਲਮ ਬਸਤੀ ਵਾਲੀ ਮੋਟਰ ਹੈ ਉਹ ਮੌਕੇ ਦੇ ਉੱਤੇ ਜਿਹੜਾ ਲਾਈਟ ਚਲੀ ਗਈ, ਅਤੇ ਦੂਜੇ ਪਾਸਿਓਂ ਜਿਹੜੀ ਆਲਮ ਬਸਤੀ ਵਾਲੀ ਜਿਹੜੀ ਉੱਥੇ ਜਨਰੇਟਰ ਰੱਖਿਆ ਸੀਗਾ, ਜਦੋਂ ਕੋਈ ਟਾਈਮ ਮਾੜਾ ਹੋਵੇ ਜਦੋਂ ਉਹਨੂੰ ਚਲਾਇਆ ਤਾਂ ਉਹ ਵੀ ਮਤਲਬ ਜਵਾਬ ਦੇ ਗਿਆ, ਮੱਚ ਗਿਆ, ਮੇਰੇ ਧਿਆਨ 'ਚ ਹੈ। ਅੱਛਾ, ਉਹ ਉਸੇ ਵੇਲੇ ਲਿਆ ਕੇ ਦੂਜਾ ਜਨਰੇਟਰ ਰੱਖਿਆ, ਰੱਖ ਕੇ ਉਹ ਆਲਮ ਬਸਤੀ ਦਾ ਕੰਮ ਉਸੇ ਵੇਲੇ ਚਲਾਇਆ ਸੀਗਾ। ਇਸ ਤਰ੍ਹਾਂ ਹੋਇਆ। ਇੱਕ ਮੇਅਰ ਸਾਹਿਬ, ਅੱਜ ਤੁਸੀਂ ਕਾਨਫਰੰਸ ਕੀਤੀ ਹੈ, ਤੁਸੀਂ ਵੀ ਆਰੋਪ ਲਗਾਏ ਆ ਕਾਂਗਰਸ ਪਾਰਟੀ 'ਤੇ, ਹੈ ਨਾ, ਫੰਡ ਨਹੀਂ ਆ ਰਹੇ, ਹੋਰ ਵੀ ਵਾਧੂ ਆਰੋਪ ਲਗਾਏ ਅਸੀਂ ਸੁਣਿਆ, ਪਰ ਤੁਹਾਨੂੰ ਨਹੀਂ ਲੱਗਦਾ ਜਿਹੜਾ ਇਹ ਜ਼ਮੀਨੀ ਜਿਹੜੇ ਮੁੱਦੇ ਨੇ ਇਹਨਾਂ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ ਬਲਕਿ ਜ਼ਮੀਨੀ ਪੱਧਰ 'ਤੇ ਕੰਮ ਹੋਣਾ ਚਾਹੀਦਾ? ਨਹੀਂ, ਮੈਂ ਇੱਕ ਗੱਲ ਕਹਾਂਗਾ, ਦੇਖੋ ਮੇਰੀ ਗੱਲ ਸੁਣੋ, ਜਦੋਂ ਤੁਸੀਂ ਹਟਦੇ ਹੀ ਨਹੀਂ ਮੈਨੂੰ ਤੁਸੀਂ 100 ਜਣੇ ਹੀ ਭੰਡਣ ਲੱਗ ਪਵੋਗੇ, ਜੇ ਮੈਂ ਸੱਚ ਵੀ ਨਾ ਬੋਲਾਂਗਾ ਤਾਂ ਫਿਰ ਮੇਰੀ ਵੀ ਉਹਦੇ ਵਿੱਚ ਕੁੱਲ ਮਿਲਾ ਕੇ ਜਿਹੜੀ ਹੈ, ਮੈਂ ਨਹੀਂ ਆਉਣਾ ਸੀ ਇੱਥੇ, ਨਾ 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 ਹੀ ਜਲਦੀ ਕਦੀ ਐਵੇਂ ਕਿਸੇ ਦੇ ਖਿਲਾਫ ਬੋਲ ਕੇ ਐਵੇਂ ਸਿਆਸਤ ਚਮਕਾਉਣ ਦੀ ਕੋਸ਼ਿਸ਼ ਕੀਤੀ, ਮੈਂ ਆਪਣੀ ਲਾਈਫ 'ਚ ਨਹੀਂ ਇਹ ਕੰਮ ਕੀਤਾ, ਇੱਕ ਤਾਂ ਇਹ ਨੋਟ ਕਰਨਾ। ਦੂਜਾ, ਜੇ ਸਪੋਜ਼ ਕਰਦੇ ਵੀ ਜੇ ਅਗਰ ਜੇ ਊਂ ਹੀ ਕੋਈ ਮੇਰੇ 'ਤੇ ਆਰੋਪ ਸੁੱਟੀ ਜਾਵੇ ਅਤੇ ਜੇ ਮੈਂ ਆ ਕੇ ਆਪਣੀ ਗੱਲ ਹੀ ਨਹੀਂ ਕਹਿੰਦਾ, ਮੈਂ ਆ ਕੇ ਦੱਸਦਾ ਹੀ ਨਹੀਂ ਭਾਈ ਇਹ ਜਿਹੜੀ ਇਹ ਗੱਲ ਕਹਿ ਰਹੇ ਝੂਠੀ ਗੱਲ ਹੈ। ਉਹ ਵੀ ਦੱਸ ਦਿਓ ਥੋੜ੍ਹਾ ਜਿਹਾ, ਕਿਉਂ ਉਹ ਇੱਦਾਂ ਕਰ ਰਹੇ ਨੇ ਕਿ ਤੁਹਾਨੂੰ ਇਹ ਤੁਸੀਂ ਕਹਿ ਰਹੇ ਹੋ ਕਿ ਟਾਰਗੇਟ ਕੀਤਾ ਜਾ ਰਿਹਾ, ਹੈ ਨਾ, ਆਰੋਪ ਲਾਏ, ਕੀ ਕਾਰਨ ਹੈ? ਸਰਕਾਰ ਤਾਂ ਉਹਨਾਂ ਦੀ ਆ। ਮੈਨੂੰ ਬਸ ਟਾਰਗੇਟ ਕੀਤਾ ਜਾ ਰਿਹਾ, ਕਾਰਪੋਰੇਸ਼ਨ ਨੂੰ ਬਦਨਾਮ ਕਰਿਆ ਜਾ ਰਿਹਾ, ਔਰ ਮੇਰੇ ਜਿਹੜਾ ਸਿਆਸੀ ਜੀਵਨ ਹੈ ਉਹਨੂੰ ਨਸ਼ਟ ਕਰਨ ਤੁਲੇ ਹੋਏ ਆ, ਹੋਰ ਗੱਲ ਕੁਛ ਨਹੀਂ ਹੈ। ਇਹ ਜਿਹੜੀ ਗੱਲ ਹੈਗੀ ਇਹਨਾਂ ਨੂੰ ਪੱਕਾ ਪਤਾ, ਇਹਨਾਂ ਨੂੰ ਸਾਰਾ ਪਤਾ ਕਿ ਇਹਨਾਂ ਨੇ ਫੰਡ ਨਹੀਂ ਦਿੱਤੇ, ਇਹਨਾਂ ਦੀ ਆਹ ਦਿੱਕਤ ਕਰਕੇ ਜਿਹੜਾ ਹੈਗਾ, ਜੇ ਕੀ ਇਹਨਾਂ ਦਾ 40 ਕੁ ਲੱਖ ਇੱਕ ਦੇ ਗਏ ਹੋਣਗੇ, 42 ਕੁ ਲੱਖ ਇੱਕ ਆ ਗਿਆ ਹੋਊਗਾ, ਕੋਈ 65 ਕੁ ਲੱਖ ਰੁਪਈਆ ਇੱਕ ਸੀਗਾ ਅਤੇ ਕੁਛ ਥੋੜ੍ਹੇ ਜਿਹੇ ਹੋਰ ਸੀ, ਸਾਰਾ ਜੇ ਕੁੱਲ ਮਿਲਾ ਲਈਏ 2-2.5 ਕਰੋੜ ਰੁਪਈਆ 2.5 ਸਾਲਾਂ ਦੇ ਵਿੱਚ ਕੋਈ ਮਾਇਨੇ ਨਹੀਂ ਰੱਖਦਾ, ਕਿਉਂਕਿ ਕਾਰਪੋਰੇਸ਼ਨ ਦੇ ਵਿੱਚ 72-73 ਕਰੋੜ ਰੁਪਏ ਤਨਖਾਹ ਦਾ ਖਰਚਾ ਪੈਂਦਾ ਹੈ। ਅਸੀਂ ਅੱਜ ਲੋਕਾਂ ਨਾਲ ਗੱਲਬਾਤ ਕੀਤੀ, ਉਹਨਾਂ ਦਾ ਗੁੱਸਾ ਇੰਨਾ ਜ਼ਿਆਦਾ ਸੀ ਕਾਰਪੋਰੇਸ਼ਨ ਦੇ ਖਿਲਾਫ਼ ਕਿ ਉਹ ਕਹਿ ਰਹੇ ਸੀ ਕਿ ਹਰ ਚੀਜ਼ ਦੀ ਕਾਰਪੋਰੇਸ਼ਨ ਫੀਸ ਲੈਂਦੀ ਹੈ, ਹਾਊਸ ਟੈਕਸ ਲੈਂਦੀ ਹੈ, ਹੈ ਨਾ, ਪ੍ਰੋਪਰਟੀਜ਼ ਟੈਕਸ ਲੈਂਦੀ ਹੈ, ਹਰ ਇੱਕ ਟੈਕਸ ਲੈਂਦੀ ਹੈ, ਪਰ ਫਿਰ ਵੀ ਇਸ ਤਰ੍ਹਾਂ ਦੀ ਸਮੱਸਿਆ ਹੈ, ਪਾਣੀ ਨਹੀਂ ਕੱਢ ਸਕਦੀ ਸ਼ਹਿਰ 'ਚੋਂ, ਨਗਰ ਨਿਗਮ। ਦੇਖੋ ਇਹ ਮੈਂ ਲੋਕਾਂ ਦੀ ਜਿਹੜੀ ਪਬਲਿਕ ਹੈ ਜਿਹੜੀ ਉਹਨਾਂ ਦੀ ਕਾਰਪੋਰੇਸ਼ਨ ਹੈ 'ਚ ਕੋਈ ਰੌਲਾ ਨਹੀਂ, ਉਹਨਾਂ ਦੇ ਟੈਕਸਾਂ ਦੇ ਨਾਲ ਉਹਨਾਂ ਦੇ ਸਾਰੇ ਪੈਸਿਆਂ ਨਾਲ ਜਿਹੜੀ ਕਾਰਪੋਰੇਸ਼ਨ ਚੱਲਦੀ ਹੈ। ਭਾਵਾਂ ਜੇ ਅੱਜ ਅਸੀਂ ਲਾਈਟ ਦਾ ਅਗਰ ਅਸੀਂ ਬਿਜਲੀ ਦਾ ਬਿੱਲ ਭਰਦੇ ਹਾਂ ਲੋਕਾਂ ਦਾ ਫੰਡ ਹੈ, ਡਿਵੈਲਪਮੈਂਟ ਕਰਦੇ ਹਾਂ ਲੋਕਾਂ ਦਾ ਫੰਡ ਹੈ, ਅਗਰ ਅਸੀਂ ਕਿਸੇ ਵੀ ਮੁਲਾਜ਼ਮਾਂ ਨੂੰ ਤਨਖਾਹ ਦਿੰਦੇ ਹਾਂ ਲੋਕਾਂ ਦੇ ਫੰਡ 'ਚੋਂ ਦਿੰਦੇ ਹਾਂ, ਲੋਕਾਂ ਦਾ ਗੁੱਸਾ ਜਾਇਜ਼ ਹੈ, ਕਿਉਂਕਿ ਜਦੋਂ ਕੋਈ ਬੰਦਾ ਕੋਈ ਮੁਸੀਬਤ 'ਚ ਆਉਂਦਾ ਹੈਗਾ ਤਾਂ ਉਹ ਆਪਣੇ ਕਹੇਗਾ ਜਿੱਥੇ ਮਤਲਬ ਉਹਨੂੰ ਉਹਦਾ ਹੱਕ ਬਣਦਾ, ਉਹਦਾ ਹੱਕ ਹੈ ਉਹਨਾਂ ਦਾ, ਲੋਕਾਂ ਦਾ, ਸਾਡੇ ਕੋਲ ਗੱਲ ਦਾ ਡਿਮਾਂਡ ਕਰਨ ਦਾ, ਆਪਣੀ ਜਿਹੜੀ ਮੁਸ਼ਕਲਾਂ ਦੱਸਣ ਦਾ, ਪਰ ਹੱਲ ਵੀ ਤਾਂ ਹੋਣਾ ਚਾਹੀਦਾ ਨਾ ਮੁਸ਼ਕਲਾਂ ਦਾ। ਔਰ ਜੋ ਉਹਨਾਂ ਦਾ ਜਿਹੜਾ ਵੱਧ ਤੋਂ ਵੱਧ ਕਰ ਸਕਦਾ ਮੈਂ ਆਪਣੇ ਵੱਲੋਂ ਹੁਣ ਜੋ ਕੁਛ ਕਰ ਸਕਦਾ, ਇੱਕ ਤਾਂ ਮੈਂ ਫੰਡ ਜਿਹੜਾ ਮੰਗ ਰਿਹਾ ਤੁਹਾਡੇ ਰਾਹੀਂ, ਫੰਡ ਜਿਹੜਾ ਹੈ ਮਨਪ੍ਰੀਤ ਜੀ ਕੋਲੋਂ ਫੰਡ ਮੰਗੀ ਜਾਂਦਾ। ਅਮਾਊਂਟ ਨਹੀਂ ਦੱਸੀ ਕਿੰਨੀ ਵੀ ਸੀਵਰੇਜ ਨੂੰ ਹੋਰ ਕਿੰਨੀ ਮਤਲਬ ਜਿਹੜੀ ਉਹ ਪ੍ਰੋਜੈਕਟ ਰਿਪੋਰਟ ਬਣੇਗੀ, ਪ੍ਰੋਜੈਕਟ ਰਿਪੋਰਟ ਜਿਹੜੀ ਹੈਗੀ ਮੈਂ ਆਪਣੇ ਅਫਸਰ ਨੂੰ ਡਿਊਟੀ ਲਾਉਂਦਾ ਉਹਨਾਂ ਵੀ ਤੁਸੀਂ ਪ੍ਰੋਜੈਕਟ ਰਿਪੋਰਟ। ਅੱਛਾ ਮੇਅਰ ਸਾਹਿਬ, ਕਈ ਥਾਵਾਂ 'ਤੇ ਪਾਣੀ ਹੁਣ ਜਿਹੜਾ ਸੁੱਕ ਚੁੱਕਿਆ ਸ਼ਹਿਰ ਦੇ ਵਿੱਚ, ਪਰ ਅਸੀਂ ਦੇਖਿਆ ਵਿਜ਼ਿਟ ਕਰਕੇ ਕੁਝ ਕੁ ਗਲੀਆਂ ਦੇ ਵਿੱਚ ਜਿਹੜੀ ਇੰਟਰਲੋਕਿੰਗ ਟਾਈਲਾਂ ਲੱਗੀਆਂ ਨੇ ਉਹ ਧਸ ਰਹੀਆਂ ਨੇ ਨੀਚੇ, ਕੁਝ ਥਾਵਾਂ 'ਤੇ ਸੜਕ ਹੈ ਜਿਹੜੀ ਉਹ ਪੱਟੀ ਜਾ ਰਹੀ ਹੈ, ਮੇਨ ਆਪਣੀ GT ਰੋਡ ਹੈ, ਇੱਕ ਭਗਵਾਨ ਵਾਲਮੀਕ ਚੌਂਕ ਹੈ ਜਿੱਥੇ ਉੱਥੇ ਹੁਣੀ ਕੰਮ ਹੋਇਆ ਸੀਗਾ, ਹੈ ਨਾ, ਉੱਥੇ ਵੀ ਕੰਕਰੀਟ ਸਿੱਧਾ ਨਿਕਲ ਰਿਹਾ, ਉਹ ਜਿਹੜਾ ਬਜਰੀ ਹੈ ਉਹ ਸਿੱਧੀ ਨਿਕਲ ਰਹੀ ਹੈ ਅਤੇ ਫਿਰ ਦੁਬਾਰਾ ਖੱਡੇ ਪੈ ਗਏ।
इस तरह जो तो पानी रुकता हैगा जां बारिश पैंदी है जिहड़ी लुक है ते लुकदा ते पानी दा बैर हुंदा हैगा उत्थों कई वारी टोए टब्बे पै जांदे आ। जदों बारिशां खत्म हो जाणगियां मैं कहा कि उहदी पैच वर्क जो भी असीं कर सकदे हां कर देंगे। असीं कार्रवाई करवाऊंगे कुछ जिन्हां दी कोई मिली भुगत साबित हुंदी है जां? देखो जी जे अगर किसी भी काम चाहे वह सड़कों का काम होवे भावें सीवरेज का काम होवे चाहे किसी किस्म की कोई भी गल है अगर जे किसी ऑफिसर की अगर कोई नलायकी जापदी है हाँ जी मेरे वालों तो जो तो मर्जी मैं कह देना भाई आपका लैटर लिखो तो मैं तो हाउस भी तुम मैं कहा बैठे होवोगे उदों भी किया मैं कहा विजिलेंस इंक्वायरी लाओ जे किसी अफसर की कितने उन्नी की कितने किसी ने कोई भी गड़बड़ की है कोई पैसे नाल कोई हेराफेरी की है तो उस दे उत्ते यानी कि परचा दर्ज किया जाए क्रिमिनल परचा दर्ज किया जाए मैं फिर भी आख्या उतो। थैंक यू जी साडे नाल गलबात करन लई। एसी नगर निगम बठिंडा के मेयर बलवंत राय नाथ जिन्हां दा कहना है कि कांग्रेस पार्टी की सरकार है राज दे विच ते ओ फंड नहीं दे रहे ते दूसरी गल इन्होंने कही है कि जिहड़ा पानी जमा हुंदा शहर दे विच उसनू कढ़न दे लई एक होर शहर दे विच स्लज कैरियर बनाउणा जरूरी है ते जिस दे लई फंड दी लोड़ है इन्हां नू ते एक होर डिस्पोजल है जिहड़ा ओह बनाउण दी गल बलवंत राय नाथ मेयर साहब दस रहे ने ते नाल ही दस्या है कि जिहड़ा पानी जिथों दा उतरिया है ते उत्थे अगर किसी तरह की कोई सड़क दे विच खड्डे पै रहे है जां फिर टाइलां बैठ रहीआं ने ते उसकी इनकुआयरी करवाएंगे तो जिहड़ा भी कोई अधिकारी उसकी विच मिली भुगत दे विच पाया जाता है तो उस पर कार्रवाई भी ये जरूर करवाएंगे। कैमरामैन हैप्पी दे नाल जुगनू शर्मा दैनिक सवेरा टीवी बठिंडा।